ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਉਹਨੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਡੈਨਿਕ ਸਵੇਰਾ ਟਾਈਮਸ ਸਤਿ ਸ਼੍ਰੀ ਅਕਾਲ ਜੀ ਡੈਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਮੌਜੂਦ ਹਾਂ ਜਲੰਧਰ ਦੇ ਵਿੱਚ ਤੇ ਜਲੰਧਰ ਦੇ ਬਾਲਾਜੀ ਸਾਰੀਜ਼ ਤੋਂ ਸਾਡੇ ਨਾਲ ਮੌਜੂਦ ਨੇ ਸੁਰਿੰਦਰ ਤਵਨ ਜੀ ਜੋ ਕਿ ਅੱਜ ਗੱਲਬਾਤ ਕਰਨਗੇ ਕਿ ਟੈਕਸਟਾਈਲ ਇੰਡਸਟਰੀ ਨੂੰ ਜਾਂ ਆਪਾਂ ਕਹਿ ਲਈਏ ਕਿ ਕਲੋਥਿੰਗ ਟ੍ਰੇਡ ਨੂੰ ਕਿੰਨਾ ਕੁ ਜ਼ਿਆਦਾ ਇਫੈਕਟ ਪਿਆ ਹੈ ਇਸ ਪੈਂਡੈਮਿਕ ਦੇ ਆਨ ਨਾਲ ਇਸ ਕਰੋਨਾ ਵਾਇਰਸ ਦੇ ਆਉਣ ਤੋਂ ਬਾਅਦ ਤੇ ਕਰਫਿਊ ਲੱਗਣ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਮੈਂ ਦੈਨਿਕ ਸਵੇਰਾ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਵੀਊ ਲੈਣ ਵਾਸਤੇ ਸਾਡੇ ਕੋਲੋਂ ਅਪਰੋਚ ਕੀਤੀ ਉਸ ਤੋਂ ਬਾਅਦ ਮੈਂ ਆਪਣੇ ਸਾਰੇ ਸਮੂਹ ਵਪਾਰੀ ਭਰਾਵਾਂ ਨੂੰ ਧੰਨਵਾਦ ਕਰਨਾ ਵਾਂ ਕਿ ਜਿਨ੍ਹਾਂ ਨੇ ਇਸ ਕਰੋਨਾ ਮਹਾਮਾਰੀ ਦੇ ਦੌਰਾਨ ਦਿਸ਼ਾ ਨਿਰਦੇਸ਼ਾਂ ਦਾ ਪਾਲਨ ਕੀਤਾ ਸਰਕਾਰ ਦੇ ਜੋ ਵੀ ਆਪਣਾ ਉਹਨਾਂ ਦੇ ਦਿਸ਼ਾ ਨਿਰਦੇਸ਼ ਆਏ ਸੀਗੇ ਉਹਨਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕੀਤੀ ਅੱਜ 55 ਦਿਨ ਹੋ ਗਏ ਆ ਅਸੀਂ ਲੋਕ ਦੁਕਾਨਾਂ ਬੰਦ ਕਰਕੇ ਬੈਠੇ ਆ ਕਿ ਉਹ ਇਹੀ ਵਜ੍ਹਾ ਸੀ ਕਿ ਜਾਨ ਹੈ ਤਾਂ ਜਹਾਨ ਹੈ ਮੋਦੀ ਸਾਹਿਬ ਦਾ ਪਹਿਲੇ ਦਿਨ ਦਾ ਨਾਰਾ ਸੀਗਾ ਕਿ ਜਾਨ ਹੈ ਤਾਂ ਜਹਾਨ ਹੈ ਇਸ ਕਰਕੇ ਅਸੀਂ 55 ਦਿਨ ਤੋਂ ਪੂਰਾ ਪਾਲਣ ਕਰ ਰਹੇ ਆ ਔਰ ਦਿੱਕਤਾਂ ਤੇ ਬਹੁਤ ਆਈਆਂ ਇਸ ਚੀਜ਼ ਦੇ ਵਿੱਚ ਔਰ ਜਿੱਥੇ ਜਾਨ ਹੈ ਤੇ ਜਾਨ ਹੈ ਤੇ ਫਿਰ ਦਿੱਕਤਾਂ ਤੇ ਦੂਰ ਹੋ ਜਾਣਗੀਆਂ ਤੇ ਜਾਨ ਹੀ ਨਾ ਰਹੀ ਤੇ ਫਿਰ ਦਿੱਕਤਾਂ ਨਾ ਕੀ ਤੇ ਸਰ ਸਭ ਤੋਂ ਜ਼ਿਆਦਾ ਇਫੈਕਟ ਜਿਹੜਾ ਅਸੀਂ ਦੇਖਣ ਨੂੰ ਮਿਲਿਆ ਹੈ ਕਿ ਇੱਕ ਤੇ ਇਨਕਮ ਤੇ ਹੋਇਆ ਉਸ ਤੋਂ ਇਲਾਵਾ ਜੇਕਰ ਅਸੀਂ ਟਰੇਡ ਦੀ ਗੱਲ ਕਰੀਏ ਤੇ ਕਿੰਨਾ ਕੁ ਆਉਣ ਵਾਲੇ ਸਮੇਂ ਦੇ ਵਿੱਚ ਇਹ ਔਖਾ ਹੋ ਗਿਆ ਹੈ ਜਾਂ ਫਿਰ ਇਹ ਬਿਲਕੁਲ ਡੈਡ ਹੋ ਜਾਏਗਾ ਕਿ ਟਰੇਡਰਸ ਦਾ ਆਪਣਾ ਕੀ ਵਿਚਾਰ ਹੈ ਇਸ ਬਾਰੇ ਦੇਖੋ ਵਪਾਰ ਤੇ ਕਰੋਨਾ ਤੋਂ ਪਹਿਲੇ ਵੀ ਜਿਹੜਾ ਚੱਲ ਰਿਹਾ ਸੀ ਕੋਈ ਅੱਛਾ ਨਹੀਂ ਚੱਲ ਰਿਹਾ ਸੀਗਾ ਟਰੇਡਰਸ ਜਿਹੜਾ ਵਾ ਕਾਫੀ ਸਾਲਾਂ ਤੋਂ 3-4 ਸਾਲਾਂ ਤੋਂ ਥੋੜਾ ਡਾਊਨ ਹੀ ਚੱਲ ਰਿਹਾ ਸੀਗਾ ਬਟ ਕਰੋਨਾ ਦੇ ਆਉਣ ਦੇ ਨਾਲ ਬਿਲਕੁਲ ਠੱਪ ਹੋ ਗਿਆ ਕਿਉਂਕਿ ਅਸੀਂ ਕੱਪੜੇ ਦੀ ਟਰੇਡ ਨੂੰ ਬਿਲੋਂਗ ਕਰਦੇ ਆ ਕਪੜਾ ਟਰੇਡ ਜਿਹੜੀ ਹੈ ਉਹ ਇੱਕ ਸੈਕੰਡਰੀ ਚੀਜ਼ ਹੈ ਇੱਕ ਫੈਸ਼ਨ ਦੀ ਚੀਜ਼ ਹੈ ਜਿਹੜੀ ਕਿ ਔਰਤਾਂ ਤੇ ਜ਼ਿਆਦਾ ਡਿਪੈਂਡ ਕਰਦੀ ਹੈ ਤੇ ਹੁਣ ਤੁਸੀਂ ਦੇਖੋ ਦੋ ਤਿੰਨ ਮਹੀਨਿਆਂ ਤੋਂ ਕੋਈ ਸ਼ਾਦੀਆਂ ਦਾ ਮਾਹੌਲ ਨਹੀਂ ਹੈ ਕੋਈ ਆਪਣਾ ਐਨ ਆਰ ਆਈ ਇੱਥੇ ਨਹੀਂ ਹੈਗਾ ਔਰ ਇਸ ਕਰਕੇ ਕਪੜੇ ਦਾ ਟਰੇਡ ਤੇ ਬਿਲਕੁਲ ਬੰਦ ਹੈ ਤੇ ਜਿਸ ਦਾ ਸਾਨੂੰ ਪੂਰੀ ਟਰੇਡ ਨੂੰ ਕਪੜਾ ਟਰੇਡ ਨੂੰ ਤੇ ਬਹੁਤ ਨੁਕਸਾਨ ਹੋਇਆ ਵੈ ਸ਼ੀਦਾ ਬਟ ਅਸੀਂ ਇਹ ਨੁਕਸਾਨ ਲੰਬਾ ਨਹੀਂ ਸਹਿ ਸਕਦੇ। ਔਰ ਅਸੀਂ ਚਾਹਦੇ ਹਾਂ ਕਿ ਸਰਕਾਰ ਇਹਦੇ ਉੱਤੇ ਕੋਈ ਸੋਚੇ ਟਰੇਡਰਜ਼ ਬਾਰੇ ਵੀ ਸੋਚੇ ਕਿ ਤਾਂ ਕਿ ਜੋ ਸ਼ਾਪਕੀਪਰ ਦਾ ਨੁਕਸਾਨ ਹੋਇਆ ਹੋਵੇ ਚਾਹੇ ਕੱਪੜੇ ਵਾਲੇ ਆ ਚਾਹੇ ਕਰੋਕਰੀ ਵਾਲੇ ਆ ਚਾਹੇ ਇਲੈਕਟ੍ਰੀਕਲ ਵਾਲੇ ਆ ਸਿਰਫ ਇੱਕ ਖਾਨ ਪੀਣ ਤੋਂ ਇਲਾਵਾ ਕਿਸੇ ਵੀ ਆਪਣਾ ਵਿਅਕਤੀ ਦਾ ਕੋਈ ਧਿਆਨ ਦੂਜੇ ਪਾਸੇ ਨਹੀਂ ਗਿਆ ਆਪਣੇ ਘਰ ਦੇ ਵਿੱਚ ਰਹਿ ਕੇ ਲਾਕਡਾਊਨ 'ਚ ਰਹੇ ਆ ਔਰ ਖਾਨ ਪੀਣ ਤੋਂ ਇਲਾਵਾ ਕਿਸ ਨੇ ਕੋਈ ਵੀ ਦੂਸਰੀ ਐਕਟੀਵਿਟੀ ਨਹੀਂ ਕੀਤੀ ਹੈ ਤੇ ਇਸ ਕਰਕੇ ਮੈਂ ਚਾਹਨਾ ਵਾਂ ਕਿ ਜਿਹੜਾ ਕਪੜਾ ਟਰੇਡ ਹੈ ਜਾਂ ਦੂਸਰੇ ਵੀ ਜੜੀਆਂ ਟਰੇਡਾਂ ਹੈਗੀਆਂ ਸ਼ਾਪਸ ਦੀਆਂ ਜਿਹੜੇ ਸ਼ਾਪਸ ਕਰਦੇ ਆ ਚਾਹੇ ਉਹ ਵੱਡੇ ਸ਼ਾਪਕੀਪਰ ਆ ਚਾਹੇ ਉਹ ਛੋਟੇ ਸ਼ਾਪਕੀਪਰ ਆ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਰਾਹਤ ਮਿਲਣੀ ਚਾਹੀਦੀ ਹੈ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਉਹ ਕੇਂਦਰ ਸਰਕਾਰ ਹੋਵੇ ਹੁਣ ਪਿਛਲੇ ਦਿਨੀ ਜਿਹੜਾ 20 ਲੱਖ ਕਰੋੜ ਦਾ ਪੈਕੇਜ ਆਇਆ ਵਾ ਉਸ ਪੈਕੇਜ ਵਿੱਚ ਵੀ ਸ਼ੌਪਕੀਪਰ ਵਸਤੇ ਕੋਈ ਮੈਨੂੰ ਨਜ਼ਰ ਨਹੀਂ ਆਇਆ। ਸੋ ਸਾਡੀ ਐਸਐਮ ਐਸੋਸੀਏਸ਼ਨ ਦਾ ਅਧਿਖਸ਼ ਵੀ ਹਾਂ ਤੇ ਮੈਂ ਐਸੋਸੀਏਸ਼ਨ ਵੱਲੋਂ ਵੀ ਮੰਗ ਕਰਦਾ ਵਾਂ ਪੰਜਾਬ ਸਰਕਾਰ ਅੱਗੇ ਵੀ ਔਰ ਕੇਂਦਰ ਸਰਕਾਰ ਸਰਕਾਰ ਅੱਗੇ ਵੀ। ਕੇਂਦਰ ਸਰਕਾਰ ਇਸ 20 ਲੱਖ ਕਰੋੜ ਦੇ ਵਿੱਚ ਟਰੇਡਰਸ ਵਸਤੇ ਕੁਝ ਨਾ ਕੁਝ ਜ਼ਰੂਰ ਹਿੱਸਾ ਰੱਖੇ ਔਰ ਇਹਦੀ ਉਹਨਾਂ ਨੂੰ ਪੂਰੀ ਇਹਦੀ ਸਹੂਲਤ ਮਿਲਣੀ ਚਾਹੀਦੀ ਟਰੇਡਰਸ ਨੂੰ ਵੀ। ਔਰ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕੈਪਟਨ ਸਾਹਿਬ ਨੂੰ ਕਿ ਕਮ ਸੇ ਕਮ ਜੋ ਬਿਜਲੀ ਦੇ ਬਿੱਲ ਨੇ ਉਹ ਬਿਜਲੀ ਦਾ ਬਿੱਲ ਆ 2 ਮਹੀਨੇ ਬਿਲਕੁਲ ਨਹੀਂ ਲਿੱਤੇ ਜਾਣੇ ਚਾਹੀਦੇ ਜਾਂ ਜਿਆਦਾ ਤੋਂ ਜਿਆਦਾ ਬਿਜਲੀ ਦਾ ਮੀਟਰ ਦਾ ਕਰਾਇਆ ਲਿੱਤਾ ਜਾਵੇ ਥੈਟਸ ਇਟ ਸਰ ਬਹੁਤ ਹੀ ਵਾਜਿਬ ਗੱਲ ਕੀਤੀ ਤੁਸੀਂ ਕਿ ਇਹ ਜਿਹੜਾ ਰਿਲੀਫ ਪੈਕੇਜ ਅਨਾਉਂਸ ਕੀਤਾ ਗਿਆ ਉਸ ਦੇ ਵਿੱਚ ਟਰੇਡਰਸ ਦੇ ਲਈ ਕੋਈ ਵੀ ਇੱਕ ਪਾਰਟਿਕੂਲਰ ਸਲੋਟ ਮੈਂਸ਼ਨ ਹੀ ਨਹੀਂ ਕੀਤਾ ਗਿਆ ਪਰ ਟਰੇਡਰਸ ਨੂੰ ਇੱਕ ਹਦਾਇਤ ਆਈ ਸੀਗੀ ਗਵਰਨਮੈਂਟ ਵੱਲੋਂ ਕਿ ਤੁਸੀਂ ਆਪਣੇ ਸਟਾਫ ਨੂੰ ਸੈਲਰੀ ਜ਼ਰੂਰ ਦੇਣੀ ਹੈ ਜੋ ਕਿ ਹਿਊਮੈਨਿਟੇਰੀਅਨ ਗਰਾਉਂਡਸ ਤੇ ਵੀ ਕਾਫੀ ਵਾਜਿਬ ਹੈ ਪਰ ਫੋਰ ਆਬਵਸ ਜਦੋਂ ਇਨਕਮ ਹੀ ਠੱਪ ਹੋ ਗਈ ਹੈ ਤੇ ਪੈਸਾ ਵੀ ਕੋਈ ਟਰੇਡਰ ਆਪਣੇ ਸਟਾਫ ਨੂੰ ਕਿਸ ਕਿਸ ਜਗ੍ਹਾ ਤੋਂ ਲਿਆ ਕੇ ਦੇਗਾ ਹੈ ਨਾ ਸੋ ਇਸ ਦੌਰਾਨ ਸਟਾਫ ਦਾ ਕਿਸ ਤਰੀਕੇ ਦਾ ਬਿਹੇਵੀਅਰ ਰਿਹਾ ਜਾਂ ਕਿਸ ਤਰੀਕੇ ਦੇ ਨਾਲ ਕੋਆਰਡੀਨੇਟ ਕੀਤਾ ਗਿਆ ਉਸ ਦੇ ਨਾਲ ਦੇਖੋ ਸਟਾਫ ਜਿਹੜੇ ਹਨ ਟਰੇਡਰ ਦੇ ਜਿਹੜੇ ਸਟਾਫ ਹੁੰਦੇ ਹਨ ਨਾ ਉਹ ਉਹਦੀ ਫੈਮਿਲੀ ਮੈਂਬਰ ਹੀ ਹੁੰਦੇ ਆ ਇਹ ਦੇਖੋ ਜਿਹੜੇ ਫੈਕਟਰੀਆਂ ਦੇ ਸਟਾਫ ਹੈ ਉਹਨਾਂ ਦਾ ਇੱਕ ਅਲੱਗ ਵਤੀਰਾ ਰਹਿੰਦਾ ਵਾ ਔਰ ਜਿਹੜੇ ਟਰੇਡਰ ਦੇ ਸਟਾਫ ਹੈ ਉਹਨਾਂ ਦਾ ਇੱਕ ਅਲੱਗ ਵਤੀਰਾ ਰਹਿੰਦਾ ਹੈ ਡਿਊ ਟੂ ਕੀ ট্রেਡਰਸ ਦਾ ਜਿਹੜਾ ਵਾ ਸਟਾਫ ਹੈ ਜਿਹੜਾ ਉਹਦਾ EMPLOYEE ਹੈ ਉਹ ਬਿਲਕੁਲ ਆਪਸ ਵਿੱਚ ਇੱਕ ਦੂਜੇ ਜਿੱਦਾਂ ਅਸੀਂ ਹੁਣ ਖੜੇ ਆ ਉਸੇ ਤਰੀਕੇ ਨਾਲ ਇੱਕ ਦੂਸਰੇ ਦੇ ਨਾਲ ਮਿਲ ਕੇ ਕੁਲ ਕੇ ਕੰਮ ਕਰਦੇ ਆ ਤੇ ਫੈਕਟਰੀਆਂ ਦਾ ਫਿਰ ਚਲੋ ਵੱਡੀਆਂ ਪ੍ਰਿੰਸਿਸ ਹੁੰਦੇ ਦੇ ਬਟ ਦੂਰ ਦੂਰ ਹੈ ਉਹਨਾਂ ਦੇ ਡਿਪਾਰਟਮੈਂਟ ਬਣ ਜੋਂ ਬਣੇ ਦੇ ਆ ਜੀ ਇਸ ਡਿਪਾਰਟਮੈਂਟ ਨੂੰ ਉਹਨੇ ਸੰਭਾਲਣਾ ਉਹਨੂੰ ਉਹਨੇ ਸੰਭਾਲਣਾ ਹੈ ਟਰੇਡਰ ਤੇ ਸਾਡੇ ਫੈਮਿਲੀ EMPLOYEES ਸਾਡੇ ਫੈਮਿਲੀ ਮੈਂਬਰ ਆ ਸਾਰੇ ਜਿਸ ਤਰ੍ਹਾਂ ਅਸੀਂ ਆਪਣਾ ਖਾਣਾ ਪੀਣਾ ਵਾ ਉਸ ਤਰ੍ਹਾਂ ਉਹਨਾਂ ਨੇ ਵੀ ਸਾਡੇ ਨਾਲ ਬੈਠ ਕੇ ਦੁਕਾਨ ਤੇ ਵੀ ਖਾਣਾ ਹੁੰਦਾ ਵਾ ਔਰ ਅਗਰ ਸਾਡੇ ਘਰ ਆਂਦੇ ਤੇ ਸਾਡੇ ਨਾਲ ਬੈਠ ਕੇ ਖਾਂਦੇ ਪੀਂਦੇ ਆ ਤੇ ਜਿਸ ਤਰ੍ਹਾਂ ਹੁਣ ਅਸੀਂ ਇਹ 55 ਦਿਨ ਆਪਣੇ ਕੱਢੇ ਆ ਤੇ ਉਹਨਾਂ ਦੇ ਵੀ ਅਸੀਂ ਕੱਢਣ ਦੀ ਕੋਸ਼ਿਸ਼ ਕੀਤੀ ਆ ਕਿ ਅਗਰ ਇੱਕ ਬੰਦੇ ਨੂੰ ਅਸੀਂ 10000 ਤਨਖਾਹ ਦਿੰਨੇ ਆ ਤੇ ਅਸੀਂ ਉਹਨੂੰ 5000 ਦੇ ਕੇ ਵੀ ਕਿਹਾ ਲੈ ਵੀ ਤੋਲੇ ਰਾਸ਼ਨ ਆਪਣਾ ਮੰਗਾ ਤੇ ਉਹਨਾਂ ਨੇ ਪੂਰਾ ਕੋਆਪਰੇਟ ਕੀਤਾ ਵਾ ਕਿਸੇ EMPLOYE ਨੇ ਕੋਈ ਤੰਗ ਨਹੀਂ ਕੀਤਾ कि ਮੈਨੂੰ ਜਿੰਨੀ ਮੇਰੀ ਤਨਖਾਹ ਬੰਦੀ ਪੂਰੀ ਉੰਨੀ ਦਿਓ ਜਾਂ ਮੈਂ ਅੱਗੇ ਤੋਂ ਤੁਹਾਡੇ ਕੋਲ ਕੰਮ ਨਹੀਂ ਕਰਨਾ ਟਰੇਡਰ ਵੱਲੋਂ ਔਰ EMPLOYEE ਵੱਲੋਂ ਆਪਸੀ ਜਿਹੜੀ ਸਹਿਮਤੀ ਹੈ ਆਪਸੀ ਜਿਹੜਾ ਇੱਕ ਕਲੱਬ ਹੈ ਉਹ ਵੈਸੇ ਦਾ ਵੈਸਾ ਹੀ ਹੈ ਕੋਈ ਕ੍ਰੈਸ਼ ਨਹੀਂ ਹੈ ਕੋਈ ਕਿਸੇ ਨੂੰ ਤਕਲੀਫ ਨਹੀਂ ਹੈ ਨਾ ਟਰੇਡਰ ਨੂੰ ਤਕਲੀਫ ਹੈ ਨਾ EMPLOYEE ਨੂੰ ਤਕਲੀਫ ਹੈ ਸਾਡਾ ਆਪਸੀ ਤਾਲਮਿਲ ਬਹੁਤ ਵਧੀਆ ਵਾ ਜਿਸ ਲੜਕੇ ਨੂੰ ਜ਼ਰੂਰਤ ਪੈਂਦੀ ਹੈ ਉਹ ਫੋਨ ਕਰਦਾ ਵਾ ਕੋਈ ਅੰਕਲ ਮੇਰੇ ਕੋਲ ਅਗਰ ਪਤੇ ਨਹੀਂ ਹੈਗੇ ਤੇ ਚਲੋ ਮੈਨੂੰ ਤੁਸੀਂ 2000 ਦੀ ਜਗ੍ਹਾ ਹੱਲੇ 1000 ਦੇ ਦਿਓ 5000 ਦੀ ਜਗ੍ਹਾ 2000 ਦੇ ਦਿਓ ਤੇ ਇਹ ਚੀਜ਼ਾਂ ਤੇ ਸਾਡੀਆਂ ਉਹਨਾਂ ਦੀਆਂ ਕੋਈ 10-10 ਸਾਲ 15-15 ਸਾਲ ਪੁਰਾਣੇ EMPLOYEES ਹੈਗੇ ਆ ਉਹਨਾਂ ਨਾਲ ਇੱਕ ਕਿਸਾਨ ਜ ਹੈ ਵਪਾਰੀ ਦੀ ਤੇ EMPLOYEES ਦੀ ਇੱਥੇ ਕੋਈ ਤੁਹਾਨੂੰ ਦਿੱਕਤ ਨਹੀਂ ਆਈ ਬਟ ਉਹ ਲੋਕ ਤੰਗ ਆ ਕਾਫੀ ਉਹ ਲੋਕ ਵੀ ਤੰਗ ਆ ਉਹ ਉਹਨਾਂ ਦੀਆਂ ਵੀ ਜ਼ਰੂਰਤਾਂ ਹੁਣ ਪੂਰੀਆਂ ਨਹੀਂ ਹੋ ਰਹੀਆਂ ਔਰ ਅਸੀਂ ਵੀ ਕਿੰਨੀ ਦੇਰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਾਂਗੇ ਬਿਲਕੁਲ ਠੀਕ ਗੱਲ ਕੀਤੀ ਤੁਸੀਂ ਪਰ ਜੇਕਰ ਅਸੀਂ ਏਸੀ ਪੁਆਇੰਟ ਨੂੰ ਦੇਖੀਏ ਇੱਕ ਗ੍ਰਾਹਕ ਦੇ ਪੁਆਇੰਟ ਆਫ View ਨਾਲ ਤੇ ਕੁਝ ਸ਼ਾਪਸ ਦੇ ਕੁਝ ਸ਼ੋਰੂਮਸ ਦੇ ਫਿਕਸਡ ਕਸਟਮਰਸ ਹੁੰਦੇ ਨੇ ਜਿਨ੍ਹਾਂ ਨੇ ਉੱਥੋਂ ਹੀ ਸਮਾਨ ਲੈਣਾ ਹੁੰਦਾ ਹੈ ਜਾਂ ਖਾਸ ਤੌਰ ਤੇ ਕਪੜਾ ਉੱਥੋਂ ਹੀ ਲੈਣਾ ਹੁੰਦਾ ਉਹਨਾਂ ਦੀ ਡਿਮਾਂਡਸ ਜਾਂ ਉਹਨਾਂ ਦੀ ਕੰਪਲੇਂਟਸ ਕਿਹੜੀਆਂ ਆਈਆਂ ਸੀ ਜਾਂ ਨਵੀਆਂ ਸੁਣਨ ਨੂੰ ਮਿਲੀਆਂ ਜਿਹੜੀਆਂ ਕਦੀ ਪਹਿਲਾਂ ਐਗਜ਼ਿਸਟ ਹੀ ਨਹੀਂ ਕਰਦੀਆਂ ਸੀ ਜਾਂ ਕੀ ਚੇਂਜਸ ਆਏ ਆ ਪਹਿਲਾਂ ਨਾਲੋਂ ਹੁਣ ਦੇ ਵਿੱਚ ਇਸ ਤਰ੍ਹਾਂ ਮੈਂ ਸ਼ੁਰੂ-ਸ਼ੁਰੂ 'ਚ ਕਸਟਮਰਾਂ ਦੇ ਫੋਨ ਆਉਂਦੇ ਸੀ ਕਿ ਵਿਜਸਤਰਾ ਅਚਾਨਕ ਇੱਕ ਕਾਲ ਆਈ ਸੀ ਕਿ ਐਨੀ ਤਰੀਕ ਤੋਂ ਤੁਸੀਂ 14 ਦਿਨ ਵਾਸਤੇ ਲੋਕਡਾਊਨ ਹੋ ਹੁਣ ਉਸ ਦਰਮਿਆਨ ਕਿਸੇ ਦੇ ਘਰ ਚ ਵਿਸ਼ਾਦੀ ਰੱਖੀ ਹੋਈ ਸੀ ਕਿਸੇ ਨੂੰ ਪੰਜ ਸੂਟ ਵਿਆਹ ਲਈ ਚਾਹੀਦੇ ਆ ਕਿਸੇ ਨੂੰ ਦੋ ਸੂਟ ਚਾਹੀਦੇ ਕਿਸੇ ਨੂੰ ਆਪਣੇ ਹੱਥੇ ਸੂਟ ਚਾਹੀਦਾ ਵਾ ਤੇ ਉੱਥੇ ਫੋਨ ਆਂਦੇ ਸੀ ਕਿ ਬਟ ਅਸੀਂ ਅਸੀਂ ਬਿਲਕੁਲ ਕਮੋਡੀਟ ਨਹੀਂ ਕਰ ਪਾਏ ਉਹਨਾਂ ਨੂੰ ਅਸੀਂ ਉਹਨਾਂ ਕੋਲ ਮਾਫੀ ਮੰਗੀ ਅਸੀਂ ਕਿਾ ਵੀ ਅਸੀਂ ਸ਼ਾਪਾਂ ਨਹੀਂ ਖੋਲ ਸਕਦੇ ਤੇ ਨਾ ਹੀ ਸਾਡੇ EMPLOYEE ਆਣਗੇ ਔਰ ਕਰਫਿਊ ਹੈ ਬਾਹਰ ਅਸੀਂ ਜਾ ਵੀ ਨਹੀਂ ਸਕਦੇ ਉਦੋਂ ਤੇ ਅਸੀਂ ਇਹ ਉਹਨਾਂ ਨੂੰ ਮਨਾ ਕੀਤਾ ਵਾ ਉਸ ਤੋਂ ਬਾਅਦ ਲੋਕਾਂ ਨੇ ਆਪਣੇ ਪ੍ਰੋਗਰਾਮ ਹੀ ਪੋਸਟਪੋਨ ਕਰ ਦਿੱਤੇ ਆ ਔਰ ਜਿੰਨਾ ਕਪੜੇ ਦਾ ਤੁਹਾਨੂੰ ਦੱਸਿਆ ਮੈਂ ਫੈਸ਼ਨ ਦੀ ਇੱਕ ਚੀਜ਼ ਹੈ ਕਿਸ ਨੇ ਬਾਹਰ ਜਾਣਾ ਨਹੀਂ ਤੇ ਫੈਸ਼ਨ ਕਿਨੂੰ ਦਿਖਾਣਾ ਹੈ ਸ਼ਾਦੀ ਚ ਗੈਦਰਿੰਗ ਨਹੀਂ ਕਰਨੀ ਤੇ ਪਾ ਕੇ ਕਿਨੂੰ ਦਿਖਾਣਾ ਤੇ ਸਾਨੂੰ ਕੋਈ ਕੋਲਾ ਨਹੀਂ ਆਈਆਂ ਜ਼ਿਆਦਾ ਸ਼ੁਰੂ ਸ਼ੁਰੂ ਜ਼ਰੂਰ ਆਈਆਂ ਬਾਅਦ ਸਾਨੂੰ ਕੋਈ ਕੋਲਾ ਨਹੀਂ ਆਈਆਂ ਤੇ ਜੇਕਰ ਅਸੀਂ ਗੱਲ ਕਰੀਏ ਆਉਣ ਵਾਲੇ ਸਮੇਂ ਦੀ ਤੇ ਇੱਕ ট্রেਡਰ ਦੇ ਪੱਖੋਂ ਜਾਂ ট্রেਡਰ ਦੇ ਪੁਆਇੰਟ ਆਫ View ਨਾਲ ਟਰੇਡ ਕਿੰਨਾ ਕੁ ਇਫੈਕਟ ਹੋਣ ਵਾਲਾ ਹੈ ਜ਼ੀਰੋ ਹੋ ਜਾਏਗਾ ਡੈਡ ਹੋ ਜਾਏਗਾ ਜਾਂ ਨਹੀਂ ਹੋਏਗਾ ਜਾਂ ਇਕਦਮ ਬੂਸਟ ਆਏਗਾ ਕੀ ਇੱਕ ਪੁਆਇੰਟ ਆਫ View ਕੀ ਹੈ ਇਸ ਪ੍ਰਤੀ ਇਸ ਕੋਵਿਡ-19 ਦੇ ਖਤਮ ਹੋਣ ਤੋਂ ਬਾਅਦ ਦੇਖੋ ਜੀ 2021 April ਤੱਕ 2021 ਜੂਨ ਤੱਕ ਤੁਸੀਂ ਕਹੋ ਪੂਰਾ 1 ਸਾਲ ਤੇ ਕੱਪੜੇ ਦਾ ਜਿਹੜਾ ਟਰੇਡ ਹੈ ਖਾਸ ਕਰਕੇ ਕੱਪੜੇ ਦਾ ਟਰੇਡ ਜਿਹੜਾ ਵਾ 25% ਕਾਰੋਬਾਰਾ ਦਾ ਰਹਿ ਜਾਏਗਾ ਇਸ ਤੋਂ ਉੱਪਰ ਨਹੀਂ ਜਾ ਸਕਦਾ ਉਸ ਦਾ ਰੀਜਨ ਹੈ ਕਿ ਹੁਣ ਕੋਈ ਐਨ ਆਰ ਆਈ ਦੀ ਆਣ ਦੀ ਇੱਥੇ ਕੋਈ ਵਿਜ਼ਿਟ ਦੀ ਸੰਭਾਵਨਾ ਨਹੀਂ ਹੈਗੀ ਨਾ ਐਨ ਆਰ ਆਈ ਆਣਾ ਚਾਹੀਏ ਚਾਹੇਗਾ ਇੱਥੇ ਆਣਾ ਤੇ ਨਾ ਹੀ ਸਰਕਾਰਾਂ ਇਜਾਜ਼ਤ ਦੇਣਗੀਆਂ ਫਲਾਈਟਾਂ ਨੂੰ ਕਿ ਹੁਣ ਇੱਥੇ ਐਨ ਆਰ ਆਈ ਆਣ ਜਾਂ 1 ਸਾਲ ਤੇ ਭੁੱਲ ਜਾਓ ਤੁਸੀਂ ਉਸ ਤੋਂ ਬਾਅਦ ਹੁਣ ਦੇਖੋ ਤੀਰੇ-ਤੀਰੇ ਹੋਂਦ ਤੇ ਸਾਨੂੰ ਡੋਮੈਸਟਿਕ ਦੇ ਉੱਪਰ ਹੀ ਉਮੀਦ ਹੈ ਲੋਕਲ ਤੇ ਉਮੀਦ ਹੈ ਕਿ ਲੇਡੀਜ਼ ਨੇ ਜੇ ਕਾਟਨ ਦੇ ਸੂਟ ਲੈਣੇ ਆ ਤੇ ਸਰਦੀਆਂ ਚ ਉਹਨੇ ਵਿੰਟਰ ਦੇ ਸੂਟ ਲੈਣੇ ਆ ਤੇ ਇਹਨਾਂ ਸੂਟਾਂ ਨਾਲ ਹੀ ਗੁਜ਼ਾਰਾ ਕਰਨਾ ਪਏਗਾ ਜਿਹੜਾ ਪੰਜਾਬ ਇੱਕ ਐਨ ਆਰ ਆਈ ਦੀ ਬਦੌਲਤ ਦੁਆਬਾ ਜਿਹੜਾ ਇੰਨੀ ਉਚਾਈ ਤੇ ਪਹੁੰਚਿਆ ਸੀਗਾ ਔਰ ਕੱਪੜੇ ਦੀ ਟ੍ਰੇਡ ਨੇ ਇੱਥੇ ਬਹੁਤ ਤਰੱਕੀ ਕੀਤੀ ਸੀਗੀ ਫਗਵਾੜਾ ਵਾ ਜਲੰਧਰ ਵਾ ਅੰਮ੍ਰਿਤਸਰ ਵਾ ਹੁਸ਼ਿਆਰਪੁਰਾ ਟਾਂਡਾ ਦੂਸਰਾ ਛੋਟੇ ਛੋਟੇ ਕਸਬਿਆਂ ਦੇ ਵਿੱਚ ਵੀ ਤੁਸੀਂ ਜਾ ਕੇ ਦੇਖੋ ਬਹੁਤ ਅੱਛਾ ਟੈਕਸਟਾਈਲ ਦਾ ਬਿਜ਼ਨਸ ਹੋਇਆ ਵਾ ਪਟ ਇਸ ਮਹਾਮਾਰੀ ਤੋਂ ਬਾਅਦ ਇਹ ਇੱਕ ਸਾਲ ਤੁਸੀਂ ਭੁੱਲ ਜਾਓ ਇੱਕ ਸਾਲ ਅਸੀਂ 25% ਦੀ ਉਮੀਦ ਲੈ ਕੇ ਚੱਲ ਰਹੇ ਹਾਂ ਔਰ ਅਸੀਂ ਆਪਣੇ ਸਟਾਫ ਵੀ ਜਿਹੜੇ ਆ ਉਹ 25 ਤੋਂ 30% ਹੀ ਕਰਕੇ ਚੱਲਾਂਗੇ ਔਰ ਉਹਦੇ ਨਾਲ ਜਿਹੜੀ ਬੇਰੋਜ਼ਗਾਰੀ ਫੈਲੇਗੀ ਕਿ ਜਿਹੜੇ ਸਾਡੇ EMPLOYE ਜਿਹੜੇ ਸਾਡੇ ਨਵੇਂ ਆ ਟੈਂਪਰੇਰੀ EMPLOYE ਆਤੀ 10-10 ਸਾਲ 15-15 ਸਾਲ ਪੁਰਾਣੇ EMPLOYE ਆ ਨੂੰ ਨਹੀਂ ਜਵਾਬ ਦੇਵਾਂਗੇ ਬਾਕੀ EMPLOYEES ਨੂੰ ਅਸੀਂ ਮਜਬੂਰੀ ਹੈ ਸਾਡੀ ਅਸੀਂ ਵੀ ਉਹਨਾਂ ਨੂੰ ਵੀ ਜਵਾਬ ਦੇਵਾਂਗੇ ਅਸੀਂ ਆਪਣੇ ਖਰਚੇ ਆਪਣੀ ਕਮਾਈ ਚੋਂ ਹੀ ਕੱਢ ਕੇ ਪੂਰੇ ਕਰਨੇ ਹਨਾ ਤੇ ਇਸ ਕਰਕੇ ਮੈਂ ਸਮਝਦਾ ਇਹ ਸਥਿਤੀ ਇੱਕ ਸਾਲ ਤੇ ਮਾੜੀ ਰਹੇਗੀ ਸਾਡੇ ਵਾਸਤੇ ਟ੍ਰੇਡਰਸ ਤੇ ਵੀ EMPLOYEES ਵਾਸਤੇ ਵੀ ਸਰ ਤੇ ਇਸੇ ਦੇ ਚੱਲਦੇ ਆ ਜੇਕਰ ਅਸੀਂ ਵੇਖੀਏ ਕਿ ਗਵਰਨਮੈਂਟ ਨੇ ਹਦਾਇਤਾਂ ਪਾਰ ਕੀਤੀਆਂ ਸੀਗੀਆਂ ਕਿ ਪ੍ਰਾਈਵੇਟ ادارےਾਂ ਲਈ ਆਮ ਜਨਤਾ ਲਈ ਕਿ ਮਾਸਕ ਵਗੈਰਾ ਪਾ ਕੇ ਰੱਖਣੇ ਹੈ ਸੈਨੀਟਾਈਜੇਸ਼ਨ ਪ੍ਰੋਪਰ ਚਾਹੀਦੀ ਹੈ ਉਹ ਕਿੰਨੇ ਕ ਹੁਣ ਤੱਕ ਕਾਰਗਰ ਸਾਬਿਤ ਹੋਏ ਐ ਤੇ ਕਿੰਨੇ ਕ ਹੁਣ ਤੱਕ ਨਾਕਾਮ ਹੋ ਰਹੇ ਨੇ ਦੇਖੋ ਇਹਦੇ ਚ ਮਿਲੀ ਜੁਲੀ ਪ੍ਰਤੀਕਿਰਿਆ ਰਹੀ ਐ ਕਿ ਜਦੋਂ ਤੇ ਪ੍ਰਸ਼ਾਸਨ ਇਹ ਡਰਦਮੋਲ ਜਿੱਥੇ ਰਿਹਾ ਉੱਥੇ ਤੇ ਇਹਦੀ ਪਾਲਣਾ ਪੂਰੀ ਹੋਈ ਐ ਮੈਂ ਇਕੱਲੇ ਜਲੰਧਰ ਦੀ ਗੱਲ ਨਹੀਂ ਕਰਦਾ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਇਹਦੇ ਤੇ ਲੋਕਾਂ ਨੂੰ ਚਾਹੀਦਾ ਸੀਗਾ ਜਿੰਨਾ ਅਸੀਂ ਪਾਲਣਾ ਕੀਤੀ ਐ ਉਸ ਤੋਂ ਵੱਧ ਕੇ ਪਾਲਣਾ ਕਰਨੀ ਚਾਹੀਦੀ ਸੀਗੀ ਔਰ ਆਉਣ ਵਾਲਾ ਟਾਈਮ ਸ਼ਾਇਦ ਹੋਰ ਵੀ ਮਾੜਾ ਕਿਉਂਕਿ ਅਸੀਂ ਹੁਣ ਅਸੀਂ ਹਲੇ ਤੇ ਆਪਣੇ ਆਪਣੇ ਘਰਾਂ 'ਚ ਆ ਤੇ ਹੁਣ ਜਿਸ ਤਰ੍ਹਾਂ ਇਸ ਤਰ੍ਹਾਂ ਥੋੜਾ ਥੋੜਾ ਖੁੱਲਣ ਦਾ ਇੱਕ ਸੰਕੇਤ ਜਾ ਰਿਹਾ ਹੈ ਕਿ ਅਸੀਂ ਹੁਣ ਕਰੋਨਾ ਦੇ ਨਾਲ ਹੀ ਜੀਣਾ ਵਾ ਤੇ ਉਹਦੇ ਵਾਸਤੇ ਸਾਨੂੰ ਇਹ ਦੀ 24 ਘੰਟੇ ਪੂਰੀ ਪ੍ਰੋਟੈਕਸ਼ਨ ਚਾਹੀਦੀ ਹੈ ਔਰ ਜਿਨ੍ਹਾਂ ਲੋਕਾਂ ਨੇ ਇਹਨੂੰ ਲਾਈਟ ਲਿੱਤਾ ਹੋਇਆ ਵਾ ਉਹਨਾਂ 'ਗੇ ਅਪੀਲ ਹੈ ਬੇਨਤੀ ਹੈ ਕਿ ਇਹ ਜਿਹੜੀ ਤੁਸੀਂ ਸੈਨੀਟਾਈਜੇਸ਼ਨ ਹੈ ਇਹ ਸੋਸ਼ਲ ਡਿਸਟੈਂਸ ਹੈ ਔਰ ਜਿਹੜਾ ਮਾਸਕ ਹੈ ਇਹਨਾਂ ਤਿੰਨ ਚੀਜ਼ਾਂ ਦੀ ਪਾਲਣਾ ਕਰਕੇ ਚਲੋ ਇਹਨਾਂ ਤਿੰਨ ਚੀਜ਼ਾਂ ਨੂੰ ਘਰ 'ਚ ਵੀ ਯੂਜ਼ ਕਰੋ ਇਹਨਾਂ ਨੂੰ ਸੜਕਾਂ 'ਤੇ ਵੀ ਯੂਜ਼ ਕਰੋ ਇਹਨਾਂ ਨੂੰ ਆਪਣੀਆਂ ਦੁਕਾਨਾਂ 'ਚ ਵੀ ਯੂਜ਼ ਕਰੋ ਆਪਣੀ ਫੈਕਟਰੀ 'ਚ ਵੀ ਯੂਜ਼ ਕਰੋ ਇਸ ਚੀਜ਼ ਦਾ ਤੁਹਾਨੂੰ ਬਹੁਤ ਧਿਆਨ ਰੱਖਣਾ ਪਏਗਾ ਜੋ ਜਾਨ ਅਤੇ ਜਾਨ ਹੈ ਮੈਂ ਫਿਰ ਉੱਥੇ ਆਵਾਂਗਾ ਬਿਲਕੁਲ ਸਹੀ ਗੱਲ ਕੀਤੀ ਤੁਸੀਂ ਕਿ ਜੇ ਜਾਨ ਹੈ ਤੇ ਜਹਾਨ ਹੈ ਪ੍ਰਾਈਮ ਮਿਨਿਸਟਰ ਮੋਦੀ ਦਾ ਵੀ ਇਹੀ ਕਹਿਣਾ ਹੈ ਪਰ ਸਰ ਇੱਕ ਚੀਜ਼ ਹੋ ਰਿਹਾ ਕੀ ਸਰਕਾਰ ਨੂੰ ਐਸੇ ਕਿਹੜੇ ਸਟੈਪਸ ਲੈਣੇ ਚਾਹੀਦੇ ਸੀ ਖਾਸ ਤੌਰ ਤੇ ਟਰੇਡਰ ਕਮਿਊਨਿਟੀ ਦੇ ਲਈ ਜੋ ਕਿ ਹੁਣ ਤੱਕ ਚੱਕੇ ਹੀ ਨਹੀਂ ਗਏ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਹੜੀਆਂ ਐਮੈਂਡਮੈਂਟਸ ਨੇ ਜਿਹੜੇ ਉਹਨਾਂ ਨੂੰ ਰੀਲੀਫ ਪੈਕੇਜ ਦੇ ਵਿੱਚ ਵੀ ਕਰ ਲੈਣੀਆਂ ਚਾਹੀਦੀਆਂ ਤਾਂ ਜੋ ਇਕਨੋਮੀ ਵੀ ਬੂਸਟ ਹੋ ਸਕੇ ਤੇ ਇਮਪਲੋਇਮੈਂਟ ਵੀ ਬਚਾਈ ਜਾ ਸਕੇ ਨਾਲੋਂ ਨਾਲ ਟਰੇਡਿੰਗ ਨੂੰ ਵੀ ਬਚਾਇਆ ਜਾ ਸਕੇ ਦੇਖੋ ਇਹਦੇ ਹੱਸਤੇ ਸਭ ਤੋਂ ਵੱਡੇ ਪੱਧਰ ਤੇ ਮੈਂ ਕਵਾਂਗਾ ਸ਼ਹਿਰ ਨੂੰ ਪੂਰੇ ਨੂੰ ਪੂਰੀ ਡਿਸਟ੍ਰਿਕਟ ਨੂੰ ਸਰਕਾਰ ਨੂੰ ਚਾਹੀਦਾ ਕਿ ਪੂਰੀ ਡਿਸਟ੍ਰਿਕਟ ਨੂੰ ਸੈਨੀਟਾਈਜ਼ ਖੁਦ ਕਰੇ ਪੂਰੀਆਂ ਮਾਰਕੀਟਾਂ 'ਚ ਇਹੋ ਜਿਹੇ ਉਪਕਰਨ ਲੱਗ ਜਾਣ ਕਿ ਇਹ ਹੁਣ ਅਸੀਂ ਲੋਕ ਆਪਣੀਆਂ ਮਾਰਕੀਟਾਂ ਨੂੰ ਕਰਨ ਜਾ ਰਹੇ ਹਾਂ ਅਸੀਂ ਉਹਦੀ ਪੂਰੀ ਸੈਨੀਟਾਈਜੇਸ਼ਨ ਕਰਕੇ ਹੀ ਸ਼ੁਰੂ ਕਰਾਂਗੇ ਕਿਉਂਕਿ ਸਾਨੂੰ ਆਪਣੀ ਜਾਨ ਦਾ ਹੈਗਾ ਵਾ ਕਿ ਅਸੀਂ ਆਪਣੀ ਜਾਨ ਦੀ ਰੱਖਿਆ ਕਰਨੀ ਹੈ ਬਟ ਸਰਕਾਰਾਂ ਦਾ ਫਰਜ਼ ਬੰਦਾ ਵਾ ਕਿ ਇੱਕ ਇੱਕ ਗਲੀ ਇੱਕ ਇੱਕ ਆਪਣਾ ਬਾਜ਼ਾਰ ਇੱਕ ਇੱਕ ਮਾਰਕੀਟ ਹਰ ਜਗ੍ਹਾ ਤੇ ਸਰਕਾਰ ਨੂੰ ਚਾਹੀਦਾ ਹੈ ਆਪਣੇ ਨਿਜੀ ਉਪਕਰਣ ਲਾਣ ਇਹਦੇ ਤੇ ਜਨਤਾ ਤੇ ਭਾਰ ਨਹੀਂ ਪੈਣਾ ਚਾਹੀਦਾ ਇਸ ਚੀਜ਼ ਦਾ ਔਰ ਇਹ ਸਰਕਾਰ ਨੂੰ ਚਾਹੀਦਾ ਵਾ ਪੰਜਾਬ ਸਰਕਾਰ ਨੂੰ ਚਾਹੀਦਾ ਵਾ ਸਟੇਟ ਨੂੰ ਜ਼ਿਲ੍ਹਿਆਂ ਨੂੰ ਫੰਡ ਦੇਣ ਔਰ ਨਗਰ ਨਿਗਮ ਨੂੰ ਫੰਡ ਦੇਣ ਨਗਰ ਨਿਗਮ ਦੀ ਡਿਊਟੀ ਹੋਵੇ ਕਿ ਇੱਕ ਇੱਕ ਗਲੀ ਨੂੰ ਡੇਲੀ ਸੈਨੀਟਾਈਜ਼ ਕੀਤਾ ਜਾਵੇ ਔਰ ਜਿਹੜੇ ਇੱਕ ਅਸੀਂ ਆਪਣਾ ਡਿਟੈਕਟਰ ਲਾਣੇ ਆ ਇਹਦੇ ਜਿਹਦੇ ਵਿੱਚੋਂ ਲੰਘ ਕੇ ਜਾਣ ਮਾਰਕੀਟਾਂ ਦੇ ਅੰਦਰ ਉਹ ਵੀ ਸਰਕਾਰੀ ਹੋਣੇ ਚਾਹੀਦੇ ਆ ਔਰ ਉਹਦੇ ਵਿੱਚੋਂ ਲੰਘ ਕੇ ਸੈਨੀਟਾਈਜ਼ ਹੋ ਕੇ ਬੰਦਾ ਜਾਵੇ ਮਾਸਕ ਹਰ ਉਹਦੀ ਜਿਹੜਾ ਪੂਰਾ ਲੋਡਡ ਬੰਦਾ ਜਾਣਾ ਚਾਹੀਦਾ ਚਾਹੇ ਉਹ ਕਸਟਮਰ ਹੈ ਚਾਹੇ ਉਹ ਉਥੋਂ ਦਾ ਵਾਸੀ ਹੈ ਚਾਹੇ ਦੁਕਾਨਦਾਰ ਹੈ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ট্রেਡਰ ਕਮਿਊਨਿਟੀ ਜਿਹੜੀ ਹੈ ਸਭ ਤੋਂ ਜ਼ਿਆਦਾ ਇਫੈਕਟ ਹੋਈ ਹੈ ਇਸ ਪੈਂਡੇਮਿਕ ਦੇ ਆਉਣ ਤੋਂ ਬਾਅਦ ਜਿਸ ਤੋਂ ਬਾਅਦ ਕਿ ਸੁਰਿੰਦਰ ਤਵੰਜੀ ਦਾ ਵੀ ਇਹੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ এমਪਲੋਇਮੈਂਟ ਜਿਹੜੀ ਹੈ ਉਹ ਬਿਲਕੁਲ ਜ਼ੀਰੋ ਤੇ ਜਾਣ ਦੇ ਕਗਾਰ ਹੈਗੇ ਆ 25% এমਪਲੋਇਮੈਂਟ ਰਹਿ ਜਾਏਗੀ ਬੇਰੋਜ਼ਗਾਰੀ ਜਿਹੜੀ ਹੈ ਉਹ ਜ਼ਿਆਦਾ ਫੈਲ ਸਕਦੀ ਹੈ ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਰਾਜਦੀਪ ਛੱਟਾ ਜਲੰਧਰ ਤੋਂ